ਅਸੀਂ ਕੱਲ ਕਿਸਾਨ ਵੀਰੋ ਮੇਰਾ ਪਿੰਨ ਮੇਰੇ ਖੇਤ ਲੈ ਕੇ ਹਾਜ਼ਰ ਹੈ ਜੀ ਔਰ ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰਦੇ ਰਹਿੰਦੇ ਹਾਂ ਤੇ ਤੁਹਾਨੂੰ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਅੱਜ ਅਸੀਂ ਜਿਸ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਵਿਸ਼ਾ ਦੁੱਧ ਨਾਲ ਸੰਬੰਧਿਤ ਹੈ ਕਿ ਸਾਡੇ ਜਿਹੜੇ ਕਿਸਾਨ ਵੀਰ ਨੇ ਉਹ ਜਦੋਂ ਰੈੜੀ ਦਾ ਕੰਮ ਕਰਦੇ ਨੇ ਪਸ਼ੂ ਪਾਲਕ ਨੇ ਜਿਹੜੇ ਉਹ ਆਪਦੇ ਪਸ਼ੂਆਂ ਤੋਂ ਵਧੇਰੇ ਦੁੱਧ ਕਿਵੇਂ ਲੈ ਸਕਦੇ ਨੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੈਂ ਤੁਹਾਡੇ ਰੂਬਰੂ ਕਰਾਉਣਾ ਡਾਕਟਰ ਬਲਵੀਰ ਸਿੰਘ ਜੀ ਜਿਹੜੇ ਕਿ ਵੈਟਰਨਰੀ ਅਫਸਰ ਨੇ ਗੁਰਾਆਂ ਚ ਜ਼ਰੂਰੀ ਨੁਕਤੇ ਜਿਹੜੇ ਆ ਉਹ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਦੋਂ ਅਸੀਂ ਸਾਡੇ ਜਿਹੜੇ ਪਸ਼ੂ ਪਾਲਕ ਨੇ ਸਾਡੇ ਕਿਸਾਨ ਵੀਰ ਨੇ ਹਾਂਜੀ ਉਹ ਜਦੋਂ ਸੋਚਦੇ ਆ ਕਿ ਸਾਡੀ ਆਮਦਨ ਵੀ ਵਧੇ ਕਾਰੋਬਾਰ ਵੀ ਵਧੇ ਤੇ ਜਦੋਂ ਅਸੀਂ ਪਸ਼ੂਆਂ ਨੂੰ ਆਪਣੇ ਕੋਲ ਪਾਲਣ ਲਈ ਲਿਆਉਨੇ ਆ ਤੇ ਜ਼ਰੂਰੀ ਗੱਲਾਂ ਸਭ ਤੋਂ ਪਹਿਲੀਆਂ ਜੜੀਆਂ ਅਸੀਂ ਕੁਝ ਬੱਚੇ ਵੀ ਲੈ ਕੇ ਆਉਣੇ ਉਹਨਾਂ ਨੂੰ ਪਾਲਦੇ ਆ ਕਿਸ ਤਰ੍ਹਾਂ ਦੀ ਸਾਂਭ ਸੰਭਾਲ ਦੀ ਜ਼ਰੂਰਤ ਹੈ ਦੇਖੋ ਬਲਵਿੰਦਰ ਜੀ ਗੱਲ ਇਹ ਹੈ ਵੀ ਜਿੱਦਾਂ ਆਪਾਂ ਹਰ ਇੱਕ ਫਸਲ ਦੇ ਲਈ ਜੀ ਪਹਿਲਾਂ ਕੋਈ ਵੀ ਬੀ ਸੀਲੈਕਟ ਕਰਦੇ ਹਾਂ ਨਾ ਜੀ ਇਸੇ ਤਰ੍ਹਾਂ ਡੈਰੀ ਫਾਰਮਿੰਗ ਦਾ ਵੀ ਧੰਦਾ ਵੀ ਹੈ ਇਹਦੇ ਵਿੱਚ ਜਦੋਂ ਡੈਰੀ ਫਾਰਮਿੰਗ ਸਿਲੈਕਟ ਕਰਨਾ ਆਪਾਂ ਬੀਜ ਦੀ ਸਿਲੈਕਸ਼ਨ ਬਹੁਤ ਜ਼ਰੂਰੀ ਆ ਕਹਿਣ ਤੋਂ ਭਾਵ ਜਿਹੜੇ ਛੋਟੇ ਬੱਚੇ ਪਾਲਣੇ ਆ ਆਪਾਂ ਉਹਨਾਂ ਦੀ ਨਸਲ ਬਾਰੇ ਉਹਨਾਂ ਦੀ ਸਾਂਭ ਸੰਭਾਲ ਉਸ ਤੋਂ ਬੇਸ ਮੰਨ ਕੇ ਆਪਾਂ ਡੈਰੀ ਫਾਰਮਿੰਗ ਡਿਵੈਲਪ ਕਰਦੇ ਆਂ ਜੀ ਸੋ ਜਿੱਦਾਂ ਆਪਾਂ ਨਸਲ ਪਹਿਲਾਂ ਸਿਲੈਕਟ ਕਰ ਲਈ ਵਧੀਆ ਨਸਲ ਦੇ ਕੱਟੇ ਜਾਂ ਬੱਚੇ ਜਾਂ ਬੱਚੀਆਂ ਜਾਂ ਕਟੀਆਂ ਪਾਲਦੇ ਆਂ ਆਪਾਂ ਇਸੇ ਤਰ੍ਹਾਂ ਹੀ ਉਹਨਾਂ ਦੀ ਫਿਰ ਸਾਂਭ ਸੰਭਾਲ ਆ ਜਾਂਦੀ ਹੈ ਜਿੱਦਾਂ ਕਿ 15 ਤੋਂ 20 ਦਿਨ ਦਾ ਬੱਚਾ ਹੁੰਦਾ ਉਹਦੇ ਲਈ ਸਾਰਿਆਂ ਨੂੰ ਪਹਿਲਾਂ ਇੰਪੋਰਟੈਂਟ ਗੱਲ ਹੁੰਦੀ ਹੈ ਵੀ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਹੁੰਦੀ ਆ ਆਪਾਂ ਜੀ ਪੇਟ ਦੇ ਕੀੜਿਆਂ ਦੀ ਜਿੱਦਾਂ ਬੱਚਾ ਆਪਣੇ ਕੋਲੇ ਪੈਦਾ ਹੋ ਗਿਆ ਉਹਨੂੰ ਮਾਂ ਦਾ ਦੁੱਧ ਦਿੱਤਾ ਜਿੱਦਾਂ ਪਸ਼ੂ ਪਾਲਕ ਅਵੇਅਰਨੈਸ ਚੀਜ਼ਾਂ ਲਈ ਵੀ ਜਦੋਂ ਕੋਈ ਬੱਚਾ ਜਨਮ ਲੈਂਦਾ ਔਰ ਲਈ ਪਹਿਲੇ ਜੋ 2 ਘੰਟੇ ਜਾਂ 3 ਘੰਟੇ ਨੇ ਬੱਚੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਉਹ ਬੱਚੇ ਨੂੰ ਦੁੱਧ ਪਲਾਉਣਾ ਬਹੁਤ ਜ਼ਰੂਰੀ ਹੈ ਜੀ ਜੀ ਜਦੋਂ ਉਹ ਬੱਚਾ ਦੁੱਧ ਪੀ ਲੈਂਦਾ ਉਹਦੇ ਵਿੱਚ ਦੁੱਧ ਦੇ ਵਿੱਚ ਜੋ ਖੁਰਾਕੀ ਤੱਤ ਪਰਮਾਤਮਾ ਨੇ ਦੁੱਧ ਦੇ ਵਿੱਚ ਪਾਏ ਹੋਏ ਨੇ ਮੌਜੂਦ ਨੇ ਉਹ ਬੱਚੇ ਦੇ ਵਿੱਚ ਪਚਣ ਦੇ ਵਿੱਚ ਬਹੁਤ ਜ਼ਿਆਦਾ ਸਮਰੱਥਾ ਹੁੰਦੀ ਹੈ ਉਸ ਟਾਈਮ ਦੇ ਵਿੱਚ ਕਿਉਂਕਿ ਉਸ ਤੋਂ ਬਾਅਦ ਜਿੰਦਾ ਜਿੰਦਾ ਟਾਈਮ ਬੀਤਦਾ ਜਾਂਦਾ ਹੈ ਜੋ ਕਟੂ ਵਛਰੂਆ ਉਹਨਾਂ ਦੇ ਵਿੱਚ ਜਿਹੜੋ ਮਿਟਾਮਨ ਜਨੇ ਮਿਨਰਲ ਜਨੇ ਜਿਹੜੀਆਂ ਉਹ ਪਚਨ ਦੀ ਸ਼ਕਤੀ ਘਟਦੀ ਜਾਂਦੀ ਹੈ ਸੋ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਪਹਿਲੇ ਪਹਿਲੇ 2-3 ਘੰਟਿਆਂ ਦੇ ਵਿੱਚ ਦੁੱਧ ਪਲਾਉਣਾ ਮਾਂ ਦਾ ਦੁੱਧ ਪਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਬਾਅਦ ਆਪਾਂ ਉਹਨੂੰ ਰੁਟੀਨ ਦੇ ਵਿੱਚ ਉਹਦੀ ਸਾਂਭ ਸੰਭਾਲ ਕਰਦੇ ਆਂ ਪੇਟ ਦੇ ਕੀੜਿਆਂ ਦੀ ਦਵਾਈ ਜਦ ਆਪਾਂ 15 ਦਿਨਾਂ ਬਾਅਦ ਦੇਣੀ ਚਾਹੀਦੀ ਹੈ ਪਸ਼ੂ ਪਾਲਕਾਂ ਨੂੰ 15 ਦਿਨਾਂ ਬਾਅਦ ਪੇਟ ਦੇ ਕੀੜਿਆਂ ਦੀ ਦਵਾਈ ਦੇ ਕੇ ਉਦੋਂ ਬਾਅਦ ਰੁਟੀਨ ਦੇ ਵਿੱਚ ਮਹੀਨੇ ਬਾਅਦ ਆਪਾਂ ਨੂੰ ਦੇ ਦੇਣੀ ਚਾਹੀਦੀ ਆ ਜਿੱਦਾਂ ਕਿ ਬੱਚਾ 4 ਕਿ ਮਹੀਨਿਆਂ ਦਾ ਹੁੰਦਾ ਉਹ ਤਤਕਪਨ ਨੂੰ ਮਹੀਨੇ-ਮਹੀਨੇ ਬਾਅਦ ਦੀ ਰਿਪੀਟ ਕਰਦੀ ਚਾਹੀਦੀ ਹੈ ਡੀ ਵਾਰਮਿੰਗ ਜਿਹੜਾ ਕਿ ਮੇਨ ਕਾਰਨ ਹੈ ਬਿਮਾਰੀਆਂ ਦਾ ਬੱਚਿਆਂ ਦੇ ਖਤਮ ਹੋਣ ਦਾ ਜਿੱਦਾਂ ਸਿਆਲਾਂ ਦੇ ਵਿੱਚ ਕਟੜੂ ਬਸਰੂ ਨਹੀਂ ਬਚਦੇ ਉਹਦਾ ਮੇਨ ਕਾਰਨ ਇਹੀ ਹੁੰਦਾ ਹੈ ਕਿ ਆਪਾਂ ਪਸ਼ੂਆਂ ਛੋਟੇ ਬੱਚਿਆਂ ਨੂੰ ਮੁਲਾਪਰੈਤ ਨਹੀਂ ਕਰਦੇ ਜਦੋਂ ਆਪਾਂ ਮੁਲਾਪ ਰਹਿਤ ਨਹੀਂ ਕਰਦੇ ਜੋ ਵੀ ਆਪਾਂ ਉਸ ਬੱਚੇ ਨੂੰ ਦੁੱਧ ਪਿਲਾ ਰਹੇ ਆ ਜਾਂ ਕੋਈ ਫੀਡ ਦੇ ਰਹੇ ਆ ਤਾਂ ਉਹਦਾ 70% ਜਿਹੜੇ ਉਹ ਕੀੜੇ ਨੇ ਮੁਲਾਪ ਨੇ ਉਹੀ ਖਾ ਜਾਂਦੇ ਇਹਦੇ ਵਿੱਚ ਡਾਕਟਰ ਸਾਹਿਬ ਕੋਈ ਗੱਲਾਂ ਜਿਹੜੀਆਂ ਐ ਕਿ ਇਹ ਜਦੋਂ ਆਪਾਂ ਆਮ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕਿ ਦੇਖਦੇ ਆ ਉਹਨਾਂ ਦੇ ਕੋਲ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਨਾਲ ਜਦੋਂ ਗੱਲਬਾਤ ਆਪਾਂ ਕਰਦੇ ਆ ਕਿ ਇਹ ਜਿਹੜਾ ਗਾਂ ਹੈ ਜਾਂ ਮੱਝ ਹੈ ਇਹ ਕਿਸੇ ਇੱਕ ਸਪੈਸ਼ਲ ਬਰੀਡ ਦੀ ਹੈਗੀ ਹੈ ਜੀ ਅਸੀਂ ਫਲਾਨੀ ਜਗ੍ਹਾ ਤੋਂ ਲਿਆਂਦੀ ਹੈ ਇਦਾਂ ਦਾ ਵੀ ਕੋਈ ਹੈ ਕਿ ਦੁੱਧ ਵਧੇਰੇ ਲੈਣਾ ਹੈ ਤੇ ਇਹਦੀ ਜਿਹੜੀ ਬਰੀਡ ਹੈ ਚੰਗੀ ਨਸਲ ਜਿਹੜੀ ਆ ਉਹਦਾ ਸਾਨੂੰ ਕੋਈ ਪਸ਼ੂ ਜਿਹੜਾ ਉਹ ਰੱਖਣਾ ਚਾਹੀਦਾ ਜਦੋਂ ਆਪਾਂ ਨਸਲ ਦੀ ਕਿਸੇ ਵੀ ਸਿਸਟਮ ਦੇ ਵਿੱਚ ਆਪਾਂ ਕੋਈ ਫਸਲ ਬੀਜਦੇ ਆ ਜਾਂ ਪਹਿਲਾਂ ਵੀ ਆਪਾਂ ਦੱਸਿਆ ਜੀ ਕਿ ਨਸਲ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਦਾਂ ਹੁਣ ਮੱਝਾਂ ਦੇ ਵਿੱਚ ਆਪਣੇ ਚੱਲਦੀਆਂ ਜੀ ਮੁਰਾ ਤੇ ਨੀਲੀ ਰਾਵੀ ਜੀ ਜਿਹੜੀ ਨੀਲੀ ਰਾਵੀ ਦੀ ਮੱਝ ਹੈ ਜਿਹੜੀ ਜਿਸ ਉਹਦਾ ਆਪਾਂ ਪਹਿਲਾਂ ਤਾਂ ਆਪਾਂ ਨੂੰ ਉਹਦਾ ਹੁਲੀਆ ਪਤਾ ਹੋਣਾ ਚਾਹੀਦਾ ਵੀ ਆਪਣੇ ਨਾਲ ਕੋਈ ਬੰਦਾ ਠੱਗੀ ਨਹੀਂ ਮਾਰੂਗਾ ਜਦੋਂ ਪਸ਼ੂ ਪਾਲਕ ਕੋਈ ਨਵਾਂ ਧੰਦਾ ਸਟਾਰਟ ਕਰਦਾ ਹੈ ਜਿਉਂ ਨੀਲੀ ਰਾਵੀ ਜਾਂ ਮੁਰਾਦੀ ਨਸਲ ਲੈਣਾ ਚਾਹੁੰਦਾ ਉਹਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਮੁਰਾ ਕੀ ਹੈ ਤੇ ਨੀਲੀ ਰਾਵੀ ਕੀ ਹੈ ਜੀ ਸੋ ਬਰੀਡ ਦਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤਰ੍ਹਾਂ ਗਾਈਆਂ ਦੇ ਵਿੱਚ ਜਦੋਂ ਗਾਈਆਂ ਦੀ ਆਪਾਂ ਸੈLECTION ਕਰਦੇ ਆ ਐਚ ਐਫ ਗਾਂ ਆਪਾਂ ਦੁੱਧ ਡੈਰੀ ਫਾਰਮਿੰਗ ਦਾ ਆਪਾਂ ਜੇ ਨਦੀ ਬਹੋਣੀ ਹੈ ਦੁੱਧ ਦੀ ਤਾਂ ਆਪਾਂ ਨੂੰ ਐਚ ਐਫ ਗਾਂ ਰੱਖਣੀ ਬਹੁਤ ਜ਼ਰੂਰੀ ਹੈ ਜੀ ਜੀ ਕਿਉਂਕਿ ਇਹ ਐਚ ਐਫ ਨਸਲ ਦੀ ਗਾਂ ਜਿਹੜੀ ਹੈ ਇਹਦਾ ਇੱਕ ਤਾਂ ਇਹ ਹੈ ਵੀ ਬਹੁਤ ਜਲਦੀ ਵਿਕਾਸ ਹੁੰਦਾ ਛੋਟੇ ਬੱਚੇ ਦਾ ਜੀ ਈਵਨ ਕਿ ਅਸੀਂ ਇਹ ਵੀ ਦੇਖਿਆ ਵੀ ਸਾਲ-ਸਾਲ ਦੀਆਂ ਬੱਚੀਆਂ ਜੇ ਸਹੀ ਢੰਗ ਨਾਲ ਪਾਲੀਆਂ ਜਾਂਨ ਸਾਲ ਦੇ ਵਿੱਚ ਉਹ ਸੂਹ ਪੈਂਦੀ ਹੈ ਜੀ ਠੀਕ ਹੈ ਜਿੱਦਾਂ ਮੱਝਾਂ ਗਾਇਆਂ ਦੇ ਵਿੱਚ ਪਾ 2.5 ਸਾਲ ਤੱਕ 3 ਸਾਲ ਤੱਕ ਲੈ ਜਾਂਦੇ ਆ ਬੱਚੀਆਂ ਮੈਂ ਆਪ ਦੇ ਹੱਥੀ ਸਾਡੇ ਦੇਖਿਆ ਹੋਇਆ ਅਸੀਂ ਤਾਂ ਇੱਕ ਸਾਲ ਦੇ ਵਿੱਚ ਵੀ ਬੱਚੀ ਸੂਹ ਸੂਹ ਪੈਂਦੀ ਹੈ ਹਾਂਜੀ ਉਹ ਜੀ ਸੋ ਇਹ ਐਚਐਫ ਜਿਹਦਾ ਨਸਲ ਹੋਗੀ ਗਾਂ ਦੀ ਹੁਣ ਆਪਣੀ ਸ਼ਾਹੀਵਾਲ ਗਾਂ ਦੇਖੋ ਸ਼ਾਹੀਵਾਲ ਦੇ ਦੁੱਧ ਦੀ ਜੋ ਮਿਕਦਾਰ ਹੈ ਜੋ ਦੀ ਕੁਆਲਿਟੀ ਹੈ ਉਹਦਾ ਮੁੱਲ ਹੀ ਕੋਈ ਨਹੀਂ ਅੱਜ ਦੇ ਟਾਈਮ ਦੇ ਵਿੱਚ ਜੀ ਭਾਵੇਂ ਦੁੱਧ ਘੱਟ ਦਿੰਦੀ ਹੈ ਪੈਦਾਵਾਰ ਘੱਟਾ ਉਹਦੀ ਪਰ ਉਹਦੀ ਕੁਆਲਿਟੀ ਦੁੱਧ ਦੀ ਹੈ ਜੋ ਜਿੱਦਾਂ ਕਿ ਇਹਦੀਆਂ ਰਿਸਰਚਾਂ ਹੋਈਆਂ ਨੇ ਸ਼ਾਹੀਵਾਲ ਨੂੰ ਬੜਾ ਪਰਫੁੱਲਟ ਕਿ ਕਰ ਰਹੀ ਹੈ ਇਹਦੇ ਨਾਲ ਨਾਲ ਜਦੋਂ ਹੁਣ ਤੁਸੀਂ ਦੱਸਤਾ ਕਿ ਚੰਗੀ ਨਸਲ ਦੇ ਜੇ ਅਸੀਂ ਪਸ਼ੂ ਰੱਖਦੇ ਆਂ ਗਾਵਾਂ ਰੱਖਦੇ ਆਂ ਮੱਝਾਂ ਰੱਖਦੇ ਆਂ ਤੇ ਦੁੱਧ ਦਾ ਵੀ ਫਰਕ ਪੈਂਦਾ ਔਰ ਦੁੱਧ ਪੀਣ ਨਾਲ ਜਿਹੜੀ ਸਾਨੂੰ એનર્ਜੀ ਆਉਂਦੀ ਜਿਹੜੀ ਮਿਲਣੀ ਚਾਹੀਦੀ ਹੈ ਜਿਹੜੀਆਂ ਚੀਜ਼ਾਂ ਦੋਚੋਂ ਮਿਲਣੀਆਂ ਚਾਹੀਦੀਆਂ ਉਹ ਵੀ ਮਿਲਦੀ ਹੈ ਬਿਲਕੁਲ ਬਿਲਕੁਲ ਇਸ ਦੇ ਨਾਲ ਹੀ ਡਾਕਟਰ ਸਾਹਿਬ ਇੱਕ ਗੱਲ ਹੋਰ ਹੈ ਕਿ ਜਦੋਂ ਸਾਡੇ ਪਸ਼ੂ ਜਿਹੜੇ ਆ ਉਹ ਵੱਡੇ ਹੋ ਜਾਂਦੇ ਆ ਛੋਟੇ ਬੱਚੇ ਤੋਂ ਅਸੀਂ ਪਾਲ ਕੇ ਲੈ ਆਉਨੇ ਆ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਵੀ ਘੇਰਦੀਆਂ ਨੇ ਅਸਲ 'ਚ ਇਹ ਜਿਹੜੇ ਅਸੀਂ ਦੁੱਧ ਲਈ ਪਾਲਦੇ ਆ ਪਸ਼ੂ ਚੰਗਾ ਦੁੱਧ ਲੈਣ ਲਈ ਉਹਨੂੰ ਜਿਹੜਾ ਬਿਮਾਰੀਆਂ ਤੋਂ ਕਿਵੇਂ ਬਚਾਉਣਾ ਇਹਦੇ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੋ ਦੇਖੋ ਕਿਸਾਨ ਵੀਰੋ ਜਿੱਦਾਂ ਪਸ਼ੂਆਂ ਦੇ ਵਿੱਚ ਆਪਾਂ ਖੇਤੀ ਨਾਲ ਸਾਰੇ ਰਿਲੇਟਡ ਜੁੜੇ ਹੋਏ ਆ ਖੇਤੀ ਦੇ ਵਿੱਚ ਵੀ ਹਰਕ ਬਿਮਾਰੀ ਹੁੰਦੀ ਆ ਹਰਕ ਟਾਈਮ ਤੇ ਆਪਾਂ ਸਪਰੇਅ ਕਰਦੇ ਆ ਇਦਾਂ ਹੀ ਪਸ਼ੂਆਂ ਦੇ ਵਿੱਚ ਜੇ ਆਪਾਂ ਡੈਰੀ ਫਾਰਮਿੰਗ ਦਾ ਵਧੀਆ ਧੰਦਾ ਅਪਣਾਉਣਾ ਚਾਹੁੰਦੇ ਆਂ ਵਧੀਆ ਦੁੱਧ ਲੈਣਾ ਚਾਹੁੰਦੇ ਆਂ ਪਹਿਲੀ ਗੱਲ ਤਾਂ ਇਹ ਹੈ ਵੀ ਆਪਣਾ ਜਿਹੜਾ ਪਸ਼ੂ ਆ ਹਰ ਇੱਕ ਸਾਲ ਸੂਣਾ ਚਾਹੀਦਾ ਹੋ ਸੂਗਾ ਤਾਂ ਉਹਦੇ ਵਿੱਚ ਜਿਹੜੀਆਂ ਬਾਂਝ ਪਣਦੀਆਂ ਪ੍ਰੋਬਲਮਾਂ ਪਸ਼ੂ ਦੇ ਵਿੱਚ ਨੇ ਉਹ ਨਹੀਂ ਹੋਣਗੀਆਂ ਤਾਂ ਹੀ ਹਰ ਇੱਕ ਸਾਲ ਉਹ ਸੂਗਾ ਜਦੋਂ ਦੁੱਧ ਦੀ ਪੈਦਾਵਾਰ ਲੈਣੀ ਆਪਾਂ ਸੋ ਇੱਕ ਵਧੀਆ ਦੁੱਧ ਲੈਣ ਲਈ ਤੇ ਹਰ ਇੱਕ ਸਾਲ ਸੂਣ ਲਈ ਪਸ਼ੂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਜੀ ਜੇ ਪਸ਼ੂ ਦੇ ਵਿੱਚ ਜਿੱਦਾਂ ਅਸੀਂ ਕਾਮਨ ਬਿਮਾਰੀਆਂ ਦੇ ਟੀਕਾਕਰਨ ਕਰਦੇ ਆਂ ਪਸ਼ੂਆਂ ਦੇ ਵਿੱਚ ਮੂੰਹ ਖੁਰ ਦੀ ਬਿਮਾਰੀ ਦੇ ਟੀਕੇ ਲਗਾਉਣੇ ਆਂ ਗਲ ਕੋਟੂ ਦੀ ਬਿਮਾਰੀ ਦੇ ਟੀਕੇ ਲਗਾਉਣੇ ਆਂ ਬਰੂਸੀਲੋਸਿਸ ਦੀ ਬਿਮਾਰੀ ਆ ਥਿਲੇਰੀਓਸਿਸ ਹੈ ਇਹ ਬਿਮਾਰੀਆਂ ਇਦਾਂ ਦੀਆਂ ਨੇ ਜਿਨ੍ਹਾਂ ਦਾ ਆਪਾਂ ਟੀਕਾਕਰਨ ਕਰਕੇ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਜੀ ਸੋ ਜੇ ਇਹਨਾਂ ਬਿਮਾਰੀਆਂ ਦੇ ਟੀਕੇ ਲੱਗੇ ਹੋਣਗੇ ਬਾਕੀ ਤਾਂ ਜਿਹੜੀਆਂ ਰਹਿ ਜਾਂਦੀਆਂ ਟਾਈਮਲੀ ਹੁੰਦੀ ਹੈ ਕਦੇ ਠੰਡ ਲੱਗ ਗਈ ਪਸ਼ੂ ਨੂੰ ਕਦੇ ਗਰਮੀ ਲੱਗ ਗਈ ਉਹ ਆਪਾਂ ਮੈਨੇਜ ਕਰ ਸਕਦੇ ਆ ਉਹ ਆਪਣੀ ਮੈਨੇਜਮੈਂਟ ਦੇ ਵਿੱਚ ਆ ਜਾਂਦੀਆਂ ਨੇ ਸੋ ਕਿਸਾਨ ਵੀਰਾਂ ਨੂੰ ਇਹ ਪੁਰਜ਼ੋਰ ਅਪੀਲ ਹੈ ਵੀ ਜਿਹੜੇ ਪਸ਼ੂਆਂ ਦੇ ਵਿੱਚ ਮੂੰਹ ਖੁਰਦੀ ਬਿਮਾਰੀ ਸਾਲ ਦੇ ਵਿੱਚ ਦੋ ਵਾਰੀ ਟੀਕਾ ਕਰਨਾ ਹੁੰਦਾ ਹੈ ਇਹਦਾ ਜੀ ਇਸੇ ਤਰ੍ਹਾਂ ਹੀ ਗਲ ਘੋਟੂ ਦੀ ਬਿਮਾਰੀ ਦਾ ਟੀਕਾ ਕਰਨਾ ਹੁੰਦਾ ਹੈ ਜੋ ਬਰੂਸੀਲੋਸਿਸ ਦੀ ਬਿਮਾਰੀ ਹੈ ਪਸ਼ੂਆਂ ਦੇ ਵਿੱਚ ਇਹ ਇੱਕ ਇਦਾਂ ਦੀ ਘਾਤਕ ਬਿਮਾਰੀ ਹੈ ਵੀ ਇਹ ਕੱਲੇ ਪਸ਼ੂਆਂ ਤੱਕ ਸੀਮਿਤ ਨਹੀਂ ਹੈ ਇਹ ਜੀ ਇਹ ਬਿਮਾਰੀ ਪਸ਼ੂਆਂ ਤੋਂ ਬੰਦਿਆਂ ਦੇ ਵਿੱਚ ਵੀ ਟਰਾਂਸਫਰ ਹੁੰਦੀ ਹੈ ਸੋ ਇਹ ਜਾਦਾ ਸੀਰੀਅਸ ਹੋ ਗਈ ਕਿਉਂਕਿ ਇਹਦੇ ਵਿੱਚ ਹਿਊਮਨ ਬੀਿੰਗ ਦਾ ਮਾਮਲਾ ਆ ਗਿਆ ਤੇ ਇਸ ਨੂੰ ਇਹਦੀ ਅਹਮਿਤ ਨੂੰ ਦੇਖਦੇ ਹੋਏ ਬਰੂਸਿਲੋਸ ਦੀ ਵੈਕਸੀਨੇਸ਼ਨ ਫ੍ਰੀ ਕੀਤੀ ਹੋਈ ਹੈ ਜੀ ਜਿਹੜੀ ਵੈਕਸੀਨੇਸ਼ਨ ਇਹ 4 ਤੋਂ 8 ਮਹੀਨਿਆਂ ਦੀਆਂ ਕਟੀਆਂ ਜਾਂ ਬੱਛੀਆਂ ਦੇ ਵਿੱਚ ਲੱਗਦੀ ਹੈ ਲੱਗਦੀ ਹੈ ਜੀ ਇਹ ਵੈਕਸੀਨੇਸ਼ਨ ਸਿਰਫ ਇੱਕ ਵਾਰੀ ਕਰਨੀ ਆਪਾਂ ਤੇ ਸਾਲ ਦੇ ਲਈ ਵੈਲਿਡ ਪੂਰੀ ਲਾਈਫ ਲਈ ਵੈਲਿਡ ਹੈ ਇਹ ਜੀ ਸਾਲ ਦੇ ਪੂਰੀ ਇੱਕ ਵਾਰੀ ਲਵਾ ਲਈ ਤੇ ਦਾ ਮਤਲਬ ਪੂਰੀ ਲਾਈਫ ਜਿੰਨਾ ਚਿਰ ਪਸ਼ੂ ਦੀ ਤੁਹਾਡੇ ਦੀ ਜਾਣ ਹੈ ਉਹਨਾਂ ਚਰੇ ਨੂੰ ਦਵਾ ਲਵਾਉਂਦੀ ਲੋੜਨੀ ਹੈ ਸੋ ਇਸ ਦੇ ਨਾਲ ਹੀ ਜਿੱਦਾਂ ਆਪਾਂ ਕਹਿੰਦੇ ਪਸ਼ੂਆਂ ਦੇ ਵਿੱਚ ਥਣਾ ਦੀ ਬਿਮਾਰੀ ਬਹੁਤ ਆਉਂਦੀ ਹੈ ਜਿਹੜਾ ਡੈਰੀ ਫਾਰਮਿੰਗ ਆ ਉਹ ਦੋ ਬਿਮਾਰੀਆਂ ਕਰਕੇ ਫੇਲ ਹੋ ਰਿਹਾ ਹੈ ਇੱਕ ਤਾਂ ਥਣਾ ਦੀ ਬਿਮਾਰੀ ਹੈ ਬਹੁਤ ਜ਼ਿਆਦਾ ਕੌਮਣ ਹੈ ਕਿਉਂਕਿ ਜਦੋਂ ਥਣਾ ਦੀ ਬਿਮਾਰੀ ਆ ਗਈ ਇੱਕ ਤਾਂ ਉਹਦੇ ਉੱਪਰ ਕੋਸਟ ਫੈਕਟਰ ਵਧ ਗਿਆ ਆਪਾਂ ਇਲਾਜ ਕਰਾਂਗੇ ਉਹਦਾ ਦੂਸਰਾ ਉਹਦੀ ਦੁੱਧ ਦੀ ਪ੍ਰੋਡਕਸ਼ਨ ਘਟ ਗਈ ਤੀਜਾ ਕਈ ਵਾਰੀ ਪਸ਼ੂ ਦਾ ਥਣਾ ਮਰ ਜਾਂਦਾ ਹੈ ਤਾਂ ਉਹ ਪਸ਼ੂ ਦੀ ਕੀਮਤੀ ਘਟ ਜਾਂਦੀ ਹੈ ਸਾਰੀ ਸੋ ਮਸਟਾਰਟਸ ਦੀ ਬਿਮਾਰੀ ਥਨੇਲਾ ਬਿਮਾਰੀ ਜਿਹੜੀ ਹੈ ਇਹਦੀ ਟਾਈਮਲੀ ਜੇ ਤਾਂ ਇਸ ਵੱਡੀ ਸਾਰੀ ਖਰਚੇ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਜਦੋਂ ਕਦੇ ਵੀ ਥਣਾ ਦੀ ਬਿਮਾਰੀ ਆਉਣੀ ਹੈ ਪਸ਼ੂ ਨੇ ਪਹਿਲਾਂ ਪੱਠੇ ਖਾਣੇ ਛੱਡ ਦੇਣੇ ਆ ਉਹਨੂੰ ਬੁਖਾਰ ਹੋਣਾ ਹੈ ਜੀ ਇਹ ਆਮ ਜੇ ਨੁਕਤੇ ਆ ਆਪਾ ਪਾਣੀ ਪੀਣਾ ਛੱਡ ਦੇਣਾ ਜਦੋਂ ਆਪਾ ਉਹਦੇ ਕੋਲੇ ਚੋਣ ਲਈ ਜਾਂਦੇ ਆ ਉਹਨੇ ਕਈ ਪਸ਼ੂ ਨਹੀਂ ਪਸਣਦੇ ਦੁੱਧ ਨਹੀਂ ਦਿੰਦੇ ਤੇ گاਵਾਵਾਂ ਦੇ ਵਿੱਚ ਚੱਡੇ ਨੂੰ ਸੋਜ ਬਹੁਤ ਪੈ ਜਾਂਦੀ ਹੈ ਇਹ ਬਿਮਾਰੀ ਜਿਹੜੀ ਥਣਾ ਦੀ ਬਿਮਾਰੀ ਦੀ ਤੁਸੀਂ ਗੱਲ ਕਰਦੇ ਆ ਇਹ ਬਹੁਤ ਹੀ ਜ਼ਿਆਦਾ ਪ੍ਰਚਲਿਤ ਹੈ ਆਮ ਕਿਸਾਨਾਂ ਚ ਆਮ ਜਿਹੜੇ ਪਸ਼ੂ ਪਾਲਕ ਉਹਨਾਂ ਚ ਇਹ ਡਰ ਲਿੰਦਾ ਵੀ ਕਿਤੇ ਇਹਨੂੰ ਥਾਣਾ ਦੀ ਬਿਮਾਰੀ ਹੋ ਗਈ ਤਾਂ ਪਰੇਸ਼ਾਨ ਬਹੁਤ ਰਹਿੰਦੇ ਸਰ ਜੀ ਇਹਦੇ ਲਈ ਸਰ ਇਦਾਂ ਦੇਖੋ ਇੱਕ ਤਾਂ ਜਦੋਂ ਬਿਮਾਰੀ ਆ ਗਈ ਉਹਦੋਂ ਤਾਂ ਆਪਾਂ ਨੂੰ ਇਲਾਜ ਕਰਨਾ ਪੈਣਾ ਇਹਦਾ ਡਾਕਟਰ ਨੂੰ ਬੁਲਾਉਣਾ ਪੈਣਾ ਆਪਾਂ ਨੂੰ ਪਰ ਜਿਹੜਾ ਆਪਾਂ ਉਹ ਤੋਂ ਬਚਾਲ ਹੀ ਕਰ ਸਕਦੇ ਆ ਜੀ ਜਦੋਂ ਪਸ਼ੂ ਨੂੰ ਆਪਾਂ ਧਾਰ ਕੱਢਣ ਦਾ ਸਮਾਂ ਜਿਹੜਾ ਆਪਣਾ ਪਸ਼ੂ ਨੂੰ ਪਹਿਲਾਂ ਪੱਠੇ ਨਹੀਂ ਪਾਉਣੇ ਚਾਹੀਦੇ ਜੀ ਪਸ਼ੂ ਨੂੰ ਜੇ ਖਾਲੀ ਪੇਟ ਪਾ ਧਾਰ ਕੱਢਾਂਗੇ ਤਾਂ ਪਸ਼ੂ ਜਦੋਂ ਆਪਾਂ ਧਾਰ ਕੱਢ ਲਈ ਉਹ ਜਲਦੀ ਬੈਠੂਗਾ ਨਹੀਂ ਜੀ ਆਮ ਕੀ ਹੁੰਦਾ ਪਸ਼ੂ ਜਦੋਂ ਪਾ ਧਾਰ ਕੱਢ ਲੈਣੇ ਆ ਪੱਠੇ ਜੇ ਪਹਿਲਾਂ ਪਾਏ ਹੋਏ ਨੇ ਉਹਨੂੰ ਜਦੋਂ ਉਹਦੀ ਧਾਰ ਕੱਢ ਲਈ ਸੁੱਖਾ ਫੀਲ ਕਰਦਾ ਉਹ ਆਰਾਮ ਨਾਲ ਬੈਠ ਜਾਂਦਾ ਜੀ ਜਦੋਂ ਜਲਦੀ ਪਸ਼ੂ ਬੈਠੂਗਾ ਤਾਂ ਉਹਨੂੰ ਥਰਾਂ ਦੀ ਬਿਮਾਰੀ ਵੱਧ ਜਾਂਦੀ ਹੈ ਜੀ ਇਸ ਕਰਕੇ ਪਸ਼ੂ ਨੂੰ ਖਾਲੀ ਪੇਟ ਧਾਰ ਕੱਢਣੀ ਚਾਹੀਦੀ ਹੈ ਜੀ ਖਾਲੀ ਪੇੜ ਧਾਰ ਕੱਢਾਂਗੇ ਤਾਂ ਪਸ਼ੂ ਪੱਠੇ ਖਾਣ ਲਈ ਕਾਫੀ ਟਾਈਮ ਤੱਕ ਖੜਾ ਰਹਿੰਦਾ ਹੈ। ਦੂਸਰਾ ਇੱਕ ਸਿੰਪਲ ਜੀ ਗੱਲ ਆ ਆਪਾਂ ਕੋਲੇ ਬੀਟਾਡੀਨ ਤੇ ਗਲਿਸਰੀਨ ਦਾ ਘੋਲ ਆਉਂਦਾ ਹੈ। ਉਹਨੂੰ ਘੋਲ ਨੂੰ ਆਪਾਂ ਨੂੰ ਰੱਖ ਲੈਣਾ ਚਾਹੀਦਾ ਘੋਲ ਕੇ ਤਾਂ ਉਹ ਜਦੋਂ ਆਪਾਂ ਧਾਰ ਕੱਢ ਕੇ ਹਟਦੇ ਆ ਉਹਦੇ ਵਿੱਚ ਥਾਣਾ ਨੂੰ ਡਿਪ ਕਰ ਦੇਣਾ ਚਾਹੀਦਾ ਹੈ। ਜੀ ਤਾਂ ਕਿ ਉਹ ਥਾਣਾ ਦੇ ਸਰਾਖ ਜਿਹੜੇ ਬੰਦ ਹੋ ਜਾਣ ਤਾਂ ਪਸ਼ੂ ਜਦੋਂ ਵੀ ਘੰਟੇ ਬਾਅਦ ਉਹ ਘੰਟੇ ਬਾਅਦ ਬੈਠੇ ਤਾਂ ਥੱਲੇ ਤੋਂ ਇਨਫੈਕਸ਼ਨ ਪਿਕ ਨਾ ਕਰੇ ਉਹ ਜੀ। ਇਹ ਥਾਣਾ ਤੋਂ ਇੱਕ ਦੂਸਰਾ ਜਦੋਂ ਆਪਾਂ ਧਾਰ ਕੱਢਣੀ ਆ ਪਸ਼ੂਆਂ ਤੋਂ ਸਾਫ਼ ਸੁਥਰਾ ਦੁੱਧ ਪੈਦਾ ਕਰਨਾ ਹੈ ਉਹਦਾ ਜੋ ਚੱਡਾ ਹੈ ਉਹਦਾ ਲਿਬਾਸ ਆ ਉਹਨੂੰ ਧੋਣਾ ਬਹੁਤ ਜ਼ਰੂਰੀ ਹੈ ਜਿਹੜੇ ਭਾਂਡਿਆਂ 'ਚ ਆਪਾਂ ਦੁੱਧ ਪੈਦਾ ਕਰਨਾ ਹੈ ਕਿਉਂਕਿ ਦੁੱਧ ਇੱਕ ਅੰਮ੍ਰਿਤ ਹੈ ਜੀ ਜੇ ਅੰਮ੍ਰਿਤ ਨੂੰ ਆਪਾਂ ਪਿਓਰ ਮਾਤਰਾ ਦੇ ਵਿੱਚ ਪੈਦਾ ਕਰਾਂਗੇ ਪਿਓਰ ਵੇਚਾਂਗੇ ਤਾਂ ਇਹਦਾ ਪਰਮਾਤਮਾ ਦੇ ਮੁੱਲ ਪੈਂਦੇ ਨੇ ਚੀਜ਼ਾਂ ਦਾ ਕਿਉਂਕਿ ਆਪਾਂ ਸਾਰੇ ਪੰਜਾਬੀਆਂ ਆਪਾਂ ਦੁੱਧ ਦੀ ਇਅਮਤ ਨੂੰ ਬੜਾ ਚੰਗੀ ਤਰ੍ਹਾਂ ਸਮਝਦੇ ਆਂ ਵੀ ਇੱਕ ਅੰਮ੍ਰਿਤ ਹੈ ਇਹ ਅਮਰਤ ਨੂੰ ਅਮਰਤ ਦੇ ਤੌਰ ਤੇ ਪੈਦਾ ਕਰਨਾ ਚਾਹੀਦਾ ਤੇ ਅਮਰਤ ਦੇ ਤੌਰ ਤੇ ਵੇਚਣਾ ਚਾਹੀਦਾ ਇਹ ਤਾਂ ਹੀ ਸੰਭਵ ਹੈ ਜੇ ਆਪਾਂ ਦੀ ਸਾਂਭ ਸੰਭਾਲ ਸਹੀ ਹੋਊਗੀ ਪਸ਼ੂ ਦਾ ਰਖਰਖਾ ਆ ਠੀਕ ਕਰਾਂਗੇ ਜੀ ਦੇਖੋ ਸਾਡੀ ਪੰਜਾਬੀ ਚ ਇੱਕ ਕਹਾਵਤ ਹੈ ਕਿ ਦੁੱਧ ਤੇ ਪੁੱਤ ਦੀ ਦਾਤ ਜਿਹੜੀ ਆ ਉਹ ਪਰਮਾਤਮਾ ਨੂੰ ਵਾਹਿਗੁਰੂ ਨੂੰ ਬਖਸ਼ਿਸ਼ ਕੀਤੀ ਜਾਂਦੀ ਆ ਇਸ ਕਰਕੇ ਇਹਨਾਂ ਦੋਨਾਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਉਹ ਬਹੁਤ ਜ਼ਰੂਰੀ ਹੈ ਕਈ ਵਾਰੀ ਤਾਂ ਡਾਕਟਰ ਸਾਹਿਬ ਤੁਸੀਂ ਦੱਸਦਾ ਵੀ ਇਹ ਜਿਹੜੀਆਂ ਬਿਮਾਰੀਆਂ ਆਉਂਦੀਆਂ ਤੇ ਕਿਸਾਨ ਵੀਰ ਜਿਹੜੇ ਆ ਜਾਂ ਪਸ਼ੂ ਪਾਲਕ ਨੇ ਉਹ ਇਹ ਦਵਾਈ ਲੈ ਕੇ ਤੇ ਦੇ ਸਕਦੇ ਹਾਂ ਕਈ ਵਾਰੀ ਹੁਣ ਸਾਡੇ ਕਿਸਾਨ ਵੀਰਾਂ ਨੂੰ ਜਾਂ ਪਸ਼ੂ ਪਾਲਕਾਂ ਨੂੰ ਪਤਾ ਹੀ ਨਹੀਂ ਲੱਗਦਾ ਡੈਰੀ ਦਾ ਕੰਮ ਬੰਦਾ ਕਰ ਲਿਆ ਉਹ ਕੀ ਧਿਆਨ ਰੱਖੇ ਕਿਵੇਂ ਦੇਖੇ ਆਉਂਦਾ ਤਾਂ ਰੋਜ਼ ਆਇਓ ਦੇਖਦਾ ਵੀ ਆ ਦੋ ਤਿੰਨ ਵਾਰੀ ਉਹਨੂੰ ਇਹ ਨਹੀਂ ਮਹਿਸੂਸ ਹੁੰਦਾ ਵੀ ਇਹਨੂੰ ਕਿਹੜੀ ਬਿਮਾਰੀ ਆ ਇਸ ਪਸ਼ੂ ਨੂੰ ਉਹ ਕਿਵੇਂ ਧਿਆਨ ਰੱਖੇ ਕਿਹੜੀ ਕਿਹੜੀ ਚੀਜ਼ ਦਾ ਧਿਆਨ ਰੱਖੇ ਕਿ ਮੇਰਾ ਜਿਹੜਾ ਪਸ਼ੂ ਆ ਜਾਂ ਡੰਗਾ ਰਿਹਾ ਉਹ ਬਿਮਾਰ ਆ ਤੇ ਮੈਨੂੰ ਇਹਦੀ ਦਵਾਈ ਜੜੀ ਆ ਦੇਣੀ ਬਿਲਕੁਲ ਦੇਖੋ ਮੈਂ ਇੱਕ ਇਹ ਕਹਿਣਾ ਚਾਹਾਂਗਾ ਜਦੋਂ ਡੈਰੀ ਫਾਰਮ ਦਾ ਧੰਦਾ ਆਪਾਂ ਕਰਨਾ ਹੈ ਤਾਂ ਥੋੜੀ ਬਹੁਤੀ ਟ੍ਰੇਨਿੰਗ ਹਰ ਇੱਕ ਵਿਭਾਗ ਆਪਾਂ ਨੂੰ ਦਿੰਦਾ ਹੈ ਡੈਰੀ ਫਾਰਮਿੰਗ ਜਿਹੜਾ ਪਸ਼ੂ ਪਾਲਣ ਵਿਭਾਗ ਵੀ ਹੈ ਡੈਰੀ ਡਵੈਲਪਮੈਂਟ ਬੋਰਡ ਵੀ ਹੈ ਇਹ ਥੋੜੀਆਂ ਟ੍ਰੇਨਿੰਗਾਂ ਦਿੰਦਾ 15-15 ਦਿਨਾਂ ਦੀਆਂ 20 ਮਹੀਨੇ ਦੀਆਂ 45 ਦਿਨਾਂ ਦੀਆਂ ਜਦੋਂ ਕਦੇ ਵੀ ਆਪਾਂ ਇਹ ਧੰਦਾ ਚਲਾਉਣਾ ਹੈ ਤਾਂ ਇਹ ਟ੍ਰੇਨਿੰਗ ਆਪਾਂ ਨੂੰ ਲੈ ਲੈਣੀ ਚਾਹੀਦੀ ਆ ਕਿਉਂਕਿ ਇਹ ਸਿੰਪਲ ਜੀਆਂ ਜਿਹੜੇ ਟੋਟਕੇ ਨੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਪਸ਼ੂ ਤੰਦਰੁਸਤ ਕੀ ਹੈ ਬਿਮਾਰ ਕੀ ਹੈ ਜਿੱਦਾਂ ਆਪਾਂ ਬਿਮਾਰ ਪਸ਼ੂ ਨੂੰ ਦੇਖਣਾ ਵੀ ਆਪਾਂ ਬਿਮਾਰ ਪਸ਼ੂ ਹੈ ਕੀ ਜਦੋਂ ਵੀ ਫਾਰਮਰ ਜਿਹੜਾ ਪਸ਼ੂ ਪਾਲਕ ਜਦੋਂ ਪਸ਼ ਉਸ ਨੂੰ ਨਿਗਾਹ ਦੇ ਨਾਲ ਹੀ ਪਤਾ ਲੱਗ ਜਾਂਦਾ ਹੈ ਵੀ ਮੇਰਾ ਪਸ਼ੂ ਇਹ ਬਿਮਾਰ ਹੈ ਜੀ ਕਿਉਂਕਿ ਉਹ ਪਸ਼ੂ ਜਿਹੜਾ ਉਹ ਪੱਠੇ ਘਟ ਖਾਊਗਾ ਉਹਨੂੰ ਜੇ ਆਪਾਂ ਪਾਣੀ ਪਲਾਵਾਂਗੇ ਪਾਣੀ ਨਹੀਂ ਪੀਊਗਾ ਬਿਮਾਰ ਪਸ਼ੂ ਦੇ ਅੱਖਾਂ ਦੇ ਵਿੱਚੋਂ ਹੰਝੂ ਜਾਂਦੇ ਹੋਣਗੇ ਮੂੰਹ ਦੇ ਵਿੱਚੋਂ ਪਾਣੀ ਜਾਣ ਲੱਗ ਜਾਂਦਾ ਕਈ ਵਾਰੀ ਸੋ ਉਹ ਪਸ਼ੂ ਦੇ ਵਿੱਚ ਜੇ ਬੁਖਾਰ ਚੈੱਕ ਕਰਾਂਗੇ ਤਾਂ ਉਹਦਾ ਟੈਂਪਰੇਚਰ ਰਾਈਜ਼ ਕੀਤਾ ਹੋਊਗਾ ਜਾਂ ਡਾਊਨ ਹੋ ਜਾਂਦਾ ਟੈਂਪਰੇਚਰ ਇਹ ਜਿਹੜੀਆਂ ਮੋਟੀਆਂ ਜਿਹੀਆਂ ਲਾਮਤਾਂ ਵੀ ਪਸ਼ੂ ਪੱਠੇ ਨਹੀਂ ਖਾ ਰਿਹਾ ਪਾਣੀ ਨਹੀਂ ਪੀ ਰਿਹਾ ਦੁੱਧ ਦੀ ਪ੍ਰੋਡਕਸ਼ਨ ਘਟ ਗਈ ਤਾਂ ਆਪਾਂ ਨੂੰ ਸੋਚ ਲੈਣਾ ਚਾਹੀਦਾ ਵੀ ਪਸ਼ੂ ਆਪਣਾ ਬਿਮਾਰ ਹੈ ਉਸ ਨੂੰ ਜੇ ਆਪਾਂ ਨੂੰ ਥੋੜਾ ਬਹੁਤਾ ਪਤਾ ਹੈ ਤਾਂ ਉਹਦੇ ਹਿਸਾਬ ਨਾਲ ਉਹਦਾ ਹੱਲ ਕਰ ਲੈਣਾ ਚਾਹੀਦਾ ਨਹੀਂ ਤਾਂ ਕਿਸੇ ਕੁਆਲੀਫਾਈਡ ਡਾਕਟਰ ਨੂੰ ਬੁਲਾ ਕੇ ਉਹਨੂੰ ਚੈੱਕ ਕਰਾ ਲੈਣਾ ਚਾਹੀਦਾ ਜੀ ਡਾਕਟਰ ਸਾਹਿਬ ਜਿਵੇਂ ਆਪਾਂ ਦੇਖਦੇ ਆਂ ਵੀ ਜਿੰਨੇ ਵੀ ਅਸੀਂ ਪਸ਼ੂ ਰੱਖਦੇ ਆਂ ਘਰ 'ਚ ਡੇਰੀ ਲਈ ਖਾਸ ਕਰਕੇ ਉਹ ਅਸੀਂ ਰੱਖਦੇ ਆਂ ਤਾਂ ਦੁੱਧ ਦੀ ਪੈਦਾਵਾਰ ਵਧਾਉਣ ਲਈ ਕਈ ਵਾਰੀ ਅਸੀਂ ਉਸ ਪੈਦਾਵਾਰ ਨੂੰ ਜ਼ਿਆਦਾਤਰ ਵਧਾ ਨਹੀਂ ਸਕਦੇ ਸਾਨੂੰ ਪਤਾ ਹੀ ਨਹੀਂ ਹੁੰਦਾ ਜਾਣਕਾਰੀ ਨਹੀਂ ਹੁੰਦੀ ਤੇ ਕੀ ਆਪਾਂ ਕਿਸਾਨ ਵੀਰਾਂ ਨੂੰ ਕੀ ਪਸ਼ੂ ਪਾਲਕਾਂ ਨੂੰ ਇਹ ਸਾਡਾ ਦੱਸਣਾ ਬਹੁਤ ਜ਼ਰੂਰੀ ਹੈ ਵੀ ਜਦੋਂ ਉਹਨਾਂ ਨੇ ਵਧੀਰੇ ਦੁੱਧ ਲੈਣਾ ਚੰਗਾ ਦੁੱਧ ਲੈਣਾ ਸਾਫ਼ ਸੁਥਰਾ ਦੁੱਧ ਲੈਣਾ ਤੇ ਆਪਣੇ ਪਸ਼ੂਆਂ ਨੂੰ ਕੀ ਕੀ ਕਿਹੜੀ ਕਿਹੜੀ ਖਰਾਕ ਜੜੀ ਆ ਉਹ ਜ਼ਿਆਦਾ ਪਾਉਂ ਪੱਠੇ ਦਾ ਹਰ ਕਿਸਾਨ ਪਾਉਂਦਾ ਹੀ ਆ ਵੀ ਜਿਸ ਵੇਲੇ ਪਾਤ ਤੇ ਸ਼ਾਮ ਨੂੰ ਪਾਤੇ ਹੋਰ ਇਹਦੇ ਨਾਲ ਕੀ ਕੀ ਦੇਣ ਦੇਖੋ ਜੀ ਹਰਾ ਦੁੱਧ ਦੀ ਪੈਦਾਵਾਰ ਲਈ ਹਰੇ ਪੱਠੇ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਆਪਾਂ ਸਾਰਾ ਸਾਲ ਹਰਾ ਪੱਠਾ ਨਹੀਂ ਰੱਖ ਸਕਦੇ ਜੀ ਤਾਂ ਉਹਦੇ ਲਈ ਆਪਾਂ ਪਸ਼ੂਆਂ ਦੇ ਲਈ ਆਚਾਰ ਬਣਾ ਲੈਨੇ ਆ ਕਿਉਂ ਜਦੋਂ ਆਪਣੇ ਕੋਲ ਮੱਕੀ ਦਾ ਸੀਜ਼ਨ ਆ ਜਦੋਂ ਸਰਪਲਸ ਆਪਣੇ ਕੋਲ ਹਰਾ ਪੱਠਾ ਹੈ ਤਾਂ ਉਹਦਾ ਆਚਾਰ ਬਣਾ ਲੈਣਾ ਚਾਹੀਦਾ ਹੈ ਇਹਦੇ ਨਾਲ ਜਿਹੜਾ ਬੈਲੈਂਸਡ ਡਾਈਟ ਜਿਹੜੀ ਬੈਲੈਂਸਡ ਡਾਈਟ ਆ ਜਿੱਦਾਂ ਆਪਾਂ ਕਹਿੰਦੇ ਆ ਵੀ ਆਪਾਂ ਰੋਟੀ ਤੇ ਦਾਲ ਸਬਜ਼ੀ ਖਾਂਦੇ ਆ ਨਾ ਨਾਲ ਇਦਾਂ ਪਸ਼ੂਆਂ ਲਈ ਹਰੇ ਪੱਠੇ ਦੇ ਨਾਲ ਉਹਦੀ ਖੁਰਾਕ ਜਿਹੜੀ ਆ ਖੁਰਾਕੀ ਤੱਤ ਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਉਹ ਖੁਰਾਕ ਜਿਹੜੀ ਖੁਰਾਕ ਬਣਾਉਣੀ ਆ ਆਪਾਂ ਉਹਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਉਹਦੇ ਚ ਕਾਰਬੋਹਾਈਡਰੇਟ ਕਿੰਨੇ ਆ ਪ੍ਰੋਟੀਨ ਕਿੰਨੇ ਆ ਫੈਟ ਕਿੰਨੇ ਆ ਜੇ ਆਪਾਂ ਉਹ ਬੈਲੈਂਸਡ ਡਾਈਟ ਲੈ ਕੇ ਪਸ਼ੂ ਨੂੰ ਦੇਵਾਂਗੇ ਤਾਂ ਪਸ਼ੂ ਤੋਂ ਬਹੁਤ ਵਧੀਆ ਦੁੱਧ ਪੈਦਾ ਕਰ ਸਕਦੇ ਆ ਬਾਕੀ ਇੱਕ ਮੈਂ ਇਹ ਕਹਿਣਾ ਚਾਹਾਂਗਾ ਪਸ਼ੂ ਪਾਲਕ ਵੀਰਾਂ ਨੂੰ ਵੀ ਆਪਣੀ ਜ਼ਮੀਨਾਂ ਦੇ ਵਿੱਚ ਜਿੱਥੇ ਆਪਾਂ ਫਸਲਾਂ ਬੀਜਦੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਮਿਨਰਲਜ਼ ਨੇ ਜਿਹੜੇ ਖਣਿਜ ਪਦਾਰਥ ਨੇ ਉਹਨਾਂ ਦਾ ਲੈਵਲ ਕਾਫੀ ਘਟ ਚੁੱਕਿਆ ਕਿਉਂਕਿ ਆਪਾਂ ਜ਼ਮੀਨਾਂ ਨੂੰ ਵਿਲਾ ਨਹੀਂ ਛੱਡਦੇ ਤੇ ਉੱਥੇ ਜਿਹੜੀਆਂ ਫਸਲਾਂ ਹੁੰਦੀਆਂ ਨੇ ਜਾਂ ਆਪਾਂ ਜੋ ਵੀ ਦਾਣੇਦਾਰ ਫਸਲਾਂ ਬੀਜਦੇ ਆ ਜਾਂ ਪੱਠਾ ਬੀਜਦੇ ਆ ਪਸ਼ੂਆਂ ਲਈ ਉਹਨਾਂ ਦੇ ਵਿੱਚ ਉਹ ਮਿਨਰਲਜ਼ ਦੀ ਘਾਟ ਹੈ ਜਦੋਂ ਉਹ ਪਸ਼ੂ ਖਾਂਦੇ ਨੇ ਉਹ ਪਸ਼ੂਆਂ ਦੇ ਵਿੱਚ ਵੀ ਘਾਟ ਆਉਂਦੀ ਆ ਉਹ ਚੀਜ਼ ਜੀ ਜੀ ਤੇ ਇਸ ਚੀਜ਼ ਘਾੜ ਨੂੰ ਆਪਾਂ ਨੂੰ ਖਤਮ ਕਰਨ ਲਈ ਪਹਿਲੀ ਗੱਲ ਤਾਂ ਜੇ ਆਪਾਂ ਪ੍ਰੋਗਰੈਸਿਵ ਫਾਰਮਰਾਂ ਤਾਂ ਆਪਣੀ ਮਿੱਟੀ ਨੂੰ ਟੈਸਟ ਕਰਵਾ ਲੈਣਾ ਚਾਹੀਦਾ ਤੇ ਆਪਾਂ ਨੂੰ ਪਤਾ ਹੋਵੇ ਆਪਣੀ ਮਿੱਟੀ ਦੇ ਵਿੱਚ ਕਿਹੜੀ ਖੁਰਾਕੀ ਤੱਤਾਂ ਦੀ ਘਾਟ ਹੈ ਜੀ ਉਹਦੇ ਹਿਸਾਬ ਨਾਲ ਆਪਾਂ ਨੂੰ ਮਿਲਨ ਮਿਕਸਚਰ ਜਿਹੜਾ ਵਧੀਆ ਕੰਪਨੀ ਦਾ ਪਸ਼ੂ ਨੂੰ 25 ਤੋਂ 50 ਗ੍ਰਾਮ ਹਰ ਰੋਜ਼ਾਨਾ ਦੇਣਾ ਚਾਹੀਦਾ ਹੈ ਜਿਹੜਾ ਮਿਲਨ ਮਿਕਸਚਰ ਹੈ ਇਹ ਪਸ਼ੂ ਨੂੰ ਇੱਕ ਤਾਂ ਬਿਮਾਰੀ ਹੋਣ ਬਿਮਾਰ ਨਹੀਂ ਹੋਣ ਦੇਊਗਾ ਜਿਹੜੀ ਉਹਦੀ ਪੈਦਾਵਾਰਾ ਉਹਨੂੰ ਪ੍ਰੋਪਰ ਮੇਨਟੇਨ ਕਰਕੇ ਰੱਖੂਗਾ ਇਹ ਤਾਂ ਜਿਹੜੇ ਗਾਂਹ ਬੱਚੇ ਪੈਦਾ ਹੋਣੇ ਆ ਉਹ ਵੀ ਇੱਕ ਤੰਦਰੁਸਤ ਬੱਚੇ ਪੈਦਾ ਹੋਣਗੇ ਸੋ ਮਿਨਰਲ ਮਿਕਚਰ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਇਹ ਆਪਾਂ ਨੂੰ ਸਾਰਾ ਸਾਲ ਹੀ ਪਾਉਣਾ ਚਾਹੀਦਾ ਜੀ ਜੀ ਦੇਖੋ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਕੱਲੇ ਚਾਰੇ ਦੀ ਗੱਲ ਨਹੀਂ ਮਿੱਟੀ ਦੀ ਪਰਖ ਜਿੱਥੇ ਉਹ ਚਾਰਾ ਪੈਦਾ ਹੁੰਦਾ ਉਹਦੀ ਪਰਖ ਕਰਨੀ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਹੈ ਜਿਵੇਂ ਡਾਕਟਰ ਸਾਹਿਬ ਹੁਣ ਅਸੀਂ ਸਰਦੀਆਂ ਵਿੱਚ ਗੁਜ਼ਰ ਰਹੇ ਹਾਂ ਤੇ ਗਰਮੀਆਂ ਆਉਣ ਵਾਲੀਆਂ ਅਸੀਂ ਕਈ ਵਾਰੀ ਸੋਚਿਆ ਅਕਸਰ ਸਾਨੂੰ ਦੇਖਣ ਨੂੰ ਜਾਂ ਸੁਣਨ ਨੂੰ ਮਿਲਦਾ ਕਿ ਸਰਦੀ ਬਹੁਤ ਸੀ ਇਸ ਕਰਕੇ ਸਾਡੇ ਜਿਹੜੇ ਪਸ਼ੂ ਹੈ ਉਹ ਬਿਮਾਰ ਹੋ ਗਏ ਜਾਂ ਗਰਮੀ ਬਹੁਤ ਸੀ ਇਸ ਕਰਕੇ ਸਾਡੇ ਪਸ਼ੂ ਬਿਮਾਰ ਨੇ ਇਹ ਸਰਦੀਆਂ ਦਾ ਤੇ ਗਰਮੀਆਂ ਦੇ ਮੌਸਮ ਚ ਪਸ਼ੂਆਂ ਨੂੰ ਜ਼ਿਆਦਾ ਬਿਮਾਰੀਆਂ ਲੱਗਣੀਆਂ ਤੇ ਪਸ਼ੂ ਜ਼ਿਆਦਾ ਬਿਮਾਰੀਆਂ ਦੀ ਚਪੇੜ ਚਾਉਣ ਦੇ ਕਾਰਨ ਕੀ ਆ ਤੇ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਨੇ ਕਿਸਾਨ ਵੀਰ ਨੇ ਕਿਵੇਂ ਧਿਆਨ ਰੱਖਾਂ ਦੇਖੋ ਜਿੱਦਾਂ ਹੁਣ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਜਾਂ ਲੰਘ ਚੁੱਕਿਆ ਹੁਣ ਜੀ ਇਹਦੇ ਵਿੱਚ ਜਿੱਥੇ ਆਪਣਾ ਪਸ਼ੂ ਰੱਖੇ ਹੋਏ ਨੇ ਨਾ ਉਹਨਾਂ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਤਾਂ ਕਿ ਜਿਹੜੇ ਬਾਹਰ ਲਿਆਂ ਹਵਾਵਾਂ ਨੇ ਜ਼ਿਆਦਾਤਰ ਸਰਦੀਆਂ ਦੇ ਵਿੱਚ ਨਮੂਣੀਆਂ ਦੇ ਕੇਸ ਬਹੁਤ ਬਣਦੇ ਨੇ ਪਸ਼ੂਆਂ ਦੇ ਵਿੱਚ ਕਿਉਂਕਿ ਠੰਡ ਬਹੁਤ ਜ਼ਿਆਦਾ ਹੁੰਦਾ ਜਦੋਂ ਪਸ਼ੂ ਆਪਾਂ ਅੰਦਰ ਰੱਖਿਆ ਹੁੰਦਾ ਜਦ ਕਦੇ ਵੀ ਆਪਾਂ ਡੈਰੀ ਫਾਰਮ ਦੇ ਅੰਦਰ ਵੜ ਕੇ ਆਪਾਂ ਦੇਖਿਆ ਹੋਊਗਾ ਪਸ਼ੂ ਪਾਲਕ ਦੇਖਦੇ ਨੇ ਉੱਥੇ ਟੈਂਪਰੇਚਰ ਥੋੜਾ ਹੋਰ ਹੁੰਦਾ ਜਦੋਂ ਪਸ਼ੂ ਨੂੰ ਆਪਾਂ ਬਾਹਰ ਕੱਢਦੇ ਆ ਤਾਂ ਉਹ ਟੈਂਪਰੇਚਰ ਬਹੁਤ ਲੋ ਹੁੰਦਾ ਤਾਂ ਉਹ ਜਿਹੜੇ ਆਪਣੇ ਪਸ਼ੂ ਨੇ ਉਹਨਾਂ ਦੇ ਵਿੱਚ ਠੰਡ ਬਹੁਤ ਸ਼ੀਤੀ ਲੱਗਦੀ ਹੈ ਇਸ ਚੀਜ਼ ਤੋਂ ਤਾਂ ਜਦੋਂ ਕਦੇ ਵੀ ਪਸ਼ੂ ਨੂੰ ਆਪਾਂ ਕਵਰ ਕਰਕੇ ਰੱਖਣਾ ਪਹਿਲੀ ਗੱਲ ਤਾਂ ਸ਼ੈਡ ਨੂੰ ਦੂਸਰਾ ਜੇ ਬਾਹਰ ਬੰਨਣੇ ਪੈਂਦੇ ਨੇ ਆਪਾਂ ਨੂੰ ਤਾਂ ਉਹਨਾਂ ਨੂੰ ਪਸ਼ੂਆਂ ਦੇ ਉੱਪਰ ਵੀ ਝੁੱਲ ਪਾ ਕੇ ਰੱਖ ਲੈਣਾ ਚਾਹੀਦਾ ਹੈ ਉਹਨਾਂ ਨੂੰ ਕਵਰ ਕਰ ਲੈਣਾ ਚਾਹੀਦਾ ਇਹ ਤਾਂ ਸਰਦੀਆਂ ਦੇ ਵਿੱਚ ਸੀ ਦੂਸਰਾ ਆਪਾਂ ਜਿੱਦਾਂ ਹੁਣ ਪਾਣੀ ਪਸ਼ੂ ਸਰਦੀਆਂ ਦੇ ਵਿੱਚ ਪਾਣੀ ਬਹੁਤ ਘੱਟ ਪੀਂਦੇ ਨੇ ਪਸ਼ੂਆਂ ਨੂੰ ਪਾਣੀ ਘੱਟੋ ਘੱਟ 2 ਤੋਂ 3 ਵਾਰੀ ਜ਼ਰੂਰ ਦਿਖਾ ਲੈਣਾ ਚਾਹੀਦਾ ਉਹ ਆਪਣੀ ਮਰਜ਼ੀ ਨਾਲ ਜਿੰਨਾ ਪੀਣਾ ਚਾਹੁੰਦੇ ਨੇ ਪੀ ਸਕਦੇ ਨੇ ਕਿਉਂਕਿ ਪਾਣੀ ਬੋਡੀ ਦੇ ਵਿੱਚ ਇੰਨਾ ਕੁ ਵਧੀਆ ਤਾਤਾ ਆਪਾਂ ਨੂੰ ਦਿੱਤਾ ਹੋਇਆ ਵੀ ਇਹ ਅੱਧੀਆਂ ਬਿਮਾਰੀਆਂ ਤਾਂ ਇਹ ਖਤਮ ਕਰ ਦਿੰਦਾ ਜੇ ਪ੍ਰੋਪਰ ਪਾਣੀ ਪੀ ਰਿਹਾ ਕੋਈ ਜੀ ਦੂਸਰਾ ਜਿੱਦਾਂ ਹੁਣ ਗਰਮੀ ਦਾ ਸੀਜ਼ਨ ਸਟਾਰਟ ਹੋਣਾ ਹੈ ਗਰਮੀਆਂ ਦੇ ਵਿੱਚ ਜਿੱਦਾਂ ਮੱਖੀ ਮੱਛਰ ਵਧਣਾ ਹੋਣਾ ਜੀ ਇਹਦੇ ਨਾਲ ਮੱਖੀ ਮੱਛਰ ਦੇ ਨਾਲ ਚਿਚੜ ਪੈਦਾ ਹੋਣਗੇ ਆਪਣੇ ਪਸ਼ੂਆਂ ਦੇ ਵਿੱਚ ਚਿਚੜਾਂ ਦੇ ਨਾਲ ਪਸ਼ੂਆਂ ਦੇ ਵਿੱਚ ਬੜੀਆਂ ਘਾਤਕ ਬਿਮਾਰੀਆਂ ਹੁੰਦੀਆਂ ਨੇ ਜਿੱਦਾਂ ਪਸ਼ੂਆਂ ਦੇ ਵਿੱਚ ਗਾਈਆਂ ਦੇ ਵਿੱਚ ਖੂਨ ਪਿਸ਼ਾਬ ਦੀ ਬਿਮਾਰੀ ਬੜੀ ਕਾਮਨ ਹੈ ਮੱਝਾਂ ਦੇ ਵਿੱਚ ਚਿਚੜਾਂ ਤੋਂ ਬਿਮਾਰੀਆਂ ਆ ਜਾਂਦੇ ਨੇ ਥਲੇਰੀਆ ਟ੍ਰਿਪੈਨੋਸੋਮੀਸਿਸ ਹੁੰਦੀ ਆ ਜਿਹੜੀ ਕਿ ਮੱਖੀ ਨਾਲ ਹੁੰਦੀ ਆ ਇਦਾਂ ਹੀ ਗਾਈਆਂ ਦੇ ਵਿੱਚ ਥਲੇਰੀਆ ਬਿਮਾਰੀ ਹੈ ਜਿਹੜੀ ਕਿ ਚਿਚੜਾਂ ਤੋਂ ਹੁੰਦੀ ਆ ਬੇਬੇਸ਼ੀਆਸਿਸ ਹੁੰਦੀ ਆ ਇਹਨਾਂ ਦੇ ਵਿੱਚ ਸੋ ਇਹਨਾਂ ਬਿਮਾਰੀਆਂ ਨੂੰ ਜਨਮ ਤੋਂ ਲੈਣ ਤੋਂ ਪਹਿਲਾਂ ਹੀ ਮਾਰਨ ਲਈ ਆਪਾਂ ਨੂੰ ਪਸ਼ੂਆਂ ਦੀ ਸਾਭ ਸੰਭਾਲ ਇਨ ਦਾ ਸੈਂਸ ਉਹਨਾਂ ਨੂੰ ਸਾਫ਼ ਸੁਥਰਾ ਰੱਖਣਾ ਉਸ ਏਰੀਏ ਨੂੰ ਡਾਕਟਰ ਸਾਹਿਬ ਆਮ ਦੇਖਣ ਚਾਹੁੰਦਾ ਵੀ ਜਦੋਂ ਬਰਸਾਤਾਂ ਦੀ ਗੱਲ ਅਸੀਂ ਕਰਦੇ ਆਂ ਗਰਮੀਆਂ ਤੇ ਸਰਦੀਆਂ ਦੀ ਪਸ਼ੂਆਂ ਚ ਬਿਮਾਰੀਆਂ ਦੀ ਗੱਲ ਤਾਂ ਆਪਾਂ ਕਰ ਹੀ ਰਹੇ ਹਾਂ ਜਦੋਂ ਬਰਸਾਤ ਹੁੰਦੀ ਹੈ ਨਾ ਤੇ ਉਦੋਂ ਉਸ ਬਰਸਾਤ ਵਿੱਚ ਆਮ ਦੇਖਣ ਨੂੰ ਮਿਲਦਾ ਵੀ ਪਸ਼ੂ ਬਾਹਰ ਬੰਨੇ ਰਹਿੰਦੇ ਜੇ ਪੁੱਛਿਆ ਜਾਵੇ ਤਾਂ ਕਹਿੰਦਾ ਕੋਈ ਗੱਲ ਨਹੀਂ ਜੀ ਇਹਨਾਂ ਨੂੰ ਜ਼ਿਆਦਾ ਕੋਈ ਫਰਕ ਨਹੀਂ ਪੈਂਦਾ ਚਾਹੇ ਉਹ ਸਰਦੀਆਂ ਦਾ ਵੀ ਬਾਰਿਸ਼ ਹੋਵੇ ਤੇ ਚਾਹੇ ਗਰਮੀਆਂ ਦੀ ਗਰਮੀਆਂ ਦੀ ਇਹ ਦੇ ਲਈ ਕੀ ਸਾਡੇ ਕਿਸਾਨ ਵੀਰ ਧਿਆਨ ਰੱਖਣ। ਦੇਖੋ ਜੀ ਜਿਹੜੀ ਬਰਸਾਤਾਂ ਨੇ ਬਰਸਾਤਾਂ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆਂ ਵੀ ਮੱਖੀ ਮੱਛਰ ਨੂੰ ਜਨਮ ਦਿੰਦੀਆਂ ਨੇ। ਆਪਣਾ ਕਲਾਈਮੇਟ ਚੇਂਜ ਹੋ ਜਾਂਦਾ ਹੈ। ਹਿਊਮਿਡਿਟੀ ਵੱਧ ਜਾਂਦੀ ਹੈ। ਜਦੋਂ ਵਾਤਾਵਰਣ ਦੇ ਵਿੱਚ ਸੱਲਾਂ ਬਣ ਵਧਣਾ ਤਾਂ ਇਹਦੇ 'ਚ ਬਿਮਾਰੀਆਂ ਵਧਣੀਆਂ ਵਧਣੀਆਂ ਜਿਹਦਾ ਆਪਾਂ ਗੱਲ ਕਰ ਰਹੇ ਸੀ ਵੀ ਇਹ ਉਹ ਟਾਈਮ ਆ ਅਸੀਂ ਕਈ ਵਾਰੀ ਬਰਸਾਤਾਂ ਤੋਂ ਬਾਅਦ ਖੂਹਾਂ ਤੇ ਜਾ ਕੇ ਦੇਖਦੇ ਆਂ ਜਿੱਥੇ ਪਸ਼ੂ ਬੰਨੇ ਹੁੰਦੇ ਨੇ ਨਾ। ਉੱਥੇ ਤੁਸੀਂ ਕੋਈ ਵੀ ਚੀਜ਼ ਪੁਰਾਣੀ ਪਈ ਹੈ ਜੇ ਉਹਨੂੰ ਚੱਕ ਕੇ ਦੇਖੋ ਤੁਸੀਂ। ਤਾਂ ਚਿਚੜਾਂ ਦਾ ਢੇਰ ਲੱਗਿਆ ਹੁੰਦਾ ਉੱਤੇ ਲੱਗਾਉਗਾ ਮੱਛਰ ਵੀ ਬਹੁਤ ਨਿਕਲਦਾ ਜੀ ਮੱਛਰ ਵੀ ਬਹੁਤ ਜਿਹੜਾ ਉਹ ਚਿਚੜ ਆ ਉਹ ਚਿਚੜ ਇਦਾਂ ਦੀ ਬਿਮਾਰ ਹੈ ਇਹ ਇਹ ਮਤਲਬ ਰਾਤ ਦੇ ਸਮੇਂ ਪਸ਼ੂ ਦੇ ਉੱਪਰ ਹੁੰਦੇ ਨੇ ਜੀ ਦਿਨ ਦੇ ਸਮੇਂ ਥੱਲੇ ਉਤਰ ਜਾਂਦੇ ਨੇ ਜੀ ਜਦੋਂ ਆਪਾਂ ਪਸ਼ੂ ਨੂੰ ਦੇਖਦੇ ਆਂ ਵੀ ਸਾਡੇ ਪਸ਼ੂ ਦੇ ਉੱਪਰ ਚਿਚੜ ਬਹੁਤ ਲੱਗੇ ਹੋਏ ਨੇ ਤੇ ਉਹ ਤੋਂ ਡਬਲ ਮਤਲਬ ਜੇ ਰਾਤ ਨੂੰ ਦੇਖੇ ਜਾ ਤਾਂ ਉਹ ਡਬਲ ਮਾਤਰਾ ਦੇ ਵਿੱਚ ਪਸ਼ੂ ਦੇ ਉੱਪਰ ਹੁੰਦੇ ਨੇ ਤੇ ਦਿਨੇ ਰਾਤ ਨੂੰ ਖੂਨ ਚੂਸਦੇ ਨੇ ਥੱਲੇ ਉਤਰ ਜਾਂਦੇ ਨੇ ਫਿਰ ਉਹ ਜੀ ਬਰਸਾਤਾਂ ਦੇ ਸਮੇਂ ਦੇ ਵਿੱਚ ਪਸ਼ੂ ਨੂੰ ਜਿੱਦਾਂ ਆਪਾਂ ਪਾਣੀ ਪਲਾਉਣੇ ਆ ਉਹ ਟਾਈਮ ਸਰ ਪਲਾਉਣਾ ਚਾਹੀਦਾ ਉਹਨੂੰ ਬਹੁਤਾ ਗਿੱਲੇ ਚਲੇ ਜਿੱਥੇ ਗਿੱਲੀ ਜਗਾ ਉੱਥੇ ਨਹੀਂ ਬਹੁਤ ਚੈ ਰੱਖਣਾ ਚਾਹੀਦਾ ਕਿਉਂਕਿ ਥਣਾ ਦੀਆਂ ਬਿਮਾਰੀਆਂ ਵੱਧ ਜਾਂਦੀਆਂ ਉਹਦੇ ਵਿੱਚ ਜੀ ਦੂਸਰਾ ਚਿਚੜਾਂ ਤੋਂ ਪਹਿਲਾਂ ਹੀ ਦੱਸਿਆ ਆਪਾਂ ਨੂੰ ਵੀ ਖੂਨ ਪਿਸ਼ਾਬ ਦੀ ਬਿਮਾਰੀ ਹੈ ਥਲੇਰੀਆ ਜਿਹਦੇ ਵਿੱਚ ਨਾਡੂਲ ਜੇ ਬਣ ਜਾਂਦੇ ਨੇ ਤਾਂ ਟ੍ਰਿਪੈਨੋਸੋਮੀਸਿਸ ਇੱਕ ਬਿਮਾਰੀ ਹੈ ਇਹ ਬਰਸਾਤਾਂ ਦੀਆਂ ਬਿਮਾਰੀਆਂ ਨੇ ਜਿਹੜੇ ਕਿ ਪਸ਼ੂ ਨੂੰ ਜੇ ਆਪਾਂ ਗਿੱਲੇ ਥਾਂ ਤੇ ਬਣਾ ਗਿੱਲੇ ਥਾਂ ਤੇ ਬਣਾ ਮਸਟਾਈਟ ਦੀ ਬਿਮਾਰੀ ਥਣਾ ਦੀ ਥਨੇਲਾ ਬਿਮਾਰੀ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਬਰਸਾਤਾਂ ਦੇ ਵਿੱਚ ਵੀ ਨਾਲ ਦੀ ਨਾਲ ਡਾਕਟਰ ਸਾਹਿਬ ਇੱਕ ਗੱਲ ਮੈਂ ਤੁਹਾਡੇ ਤੋਂ ਹੋਰ ਪੁੱਛਣੀ ਚਾਹੁੰਨਾ ਵੀ ਜਦੋਂ ਸਾਡਾ ਜਿਹੜਾ ਪਸ਼ੂ ਹੈ ਕੋਈ ਮੱਝ ਹੈ ਜਾਂ ਗਾਂ ਜਦੋਂ ਇਹ ਸੂਣ ਦਾ ਟਾਈਮ ਆਉਂਦਾ ਹੈ ਜਦੋਂ ਬੱਚੇ ਦੇਣ ਦਾ ਟਾਈਮ ਆਉਂਦਾ ਉਹ ਤੋਂ ਬਹੁਤ ਸਾਰੀਆਂ ਅਸੀਂ ਸਾਡੇ ਕਿਸਾਨ ਵੀਰ ਜਾਂ ਜਿਹੜੇ ਪਸ਼ੂ ਪਾਲਕ ਹੈ ਉਹਦਾ ਜ਼ਿਆਦਾ ਧਿਆਨ ਹੀ ਰੱਖਦੇ ਵੀ ਕੋਈ ਗੱਲ ਨਹੀਂ ਜੀ ਇਹ ਨਾਰਮਲ ਹੋ ਹੀ ਜਾਂਦਾ ਹਾਂਜੀ ਉਦੋਂ ਵੀ ਸਾਡਾ ਬਹੁਤ ਨੁਕਸਾਨ ਹੁੰਦਾ ਉਹਦੇ ਬਾਰੇ ਕੀ ਤੁਸੀਂ ਦੇਖੋ ਸਰ ਇਹਦੇ ਚ ਆਪਣਾ بڑے ਜਿਹੜੇ ਪੁਰਾਣੇ ਬਜ਼ੁਰਗ ਕਹਿੰਦੇ ਸੀ ਵੀ ਜਿਹੜੇ ਜਾਗਦੇ ਆ ਉਹਨਾਂ ਦੀਆਂ ਕਟੀਆਂ ਤੇ ਜਿਹੜੇ ਸੁੱਤੇ ਆ ਉਹਨਾਂ ਦੇ ਕੱਟੇ ਜੀ ਉਹਦਾ ਮਤਲਬ ਇਹ ਹੀ ਹੁੰਦਾ ਸੀਗਾ ਵੀ ਜਿਹੜਾ ਬੰਦਾ ਪਸ਼ੂ ਦੀ ਸੂਣ ਦੇ ਸਮੇਂ ਧਿਆਨ ਰੱਖੂਗਾ ਖਿਆਲ ਰੱਖ ਲੂਗਾ ਤਾਂ ਉਹ ਫਾਇਦੇ 'ਚ ਰਹੂਗਾ ਤੇ ਦੂਜਾ ਨੁਕਸਾਨ 'ਚ ਜਾਊਗਾ ਜੀ ਸੋ ਕਹਿਣ ਦਾ ਭਾਵ ਜਿਹੜਾ ਪਸ਼ੂ ਐ ਜਦੋਂ ਸੂਣ ਦੇ ਲਾਗੇ ਕਈ ਵਾਰੀ ਕੀ ਹੁੰਦਾ ਜਿੱਦਾਂ ਜਿੱਦਾਂ ਪਸ਼ੂ ਸੂਣ ਦੇ ਨੇੜੇ ਜਾਂਦਾ ਆਪਾਂ ਸਾਰੇ ਜਾਣਦੇ ਆਂ ਵੀ ਪਸ਼ੂ ਦਾ ਚੱਡਾ ਜਿਹੜਾ ਡਿਵੈਲਪ ਹੋ ਰਿਹਾ ਹੁੰਦਾ ਉਹਦਾ ਥਣ ਲਿਬਾਸ ਬਣ ਰਿਹਾ ਹੁੰਦਾ ਆਪਾਂ ਨੂੰ ਜਿਹੜਾ ਪਸ਼ੂ ਪਾਲਕ ਦੇਖ ਕੇ ਖੁਸ਼ ਹੋ ਰਹੇ ਹੁੰਦੇ ਉਹਨਾਂ ਨੂੰ ਪਰ ਕਈ ਵਾਰੀ ਨੋਟ ਕਰਨ ਵਾਲੀ ਗੱਲ ਕੀ ਹੁੰਦੀ ਹੈ ਜਦੋਂ ਪਸ਼ੂ ਸੂਣ ਦੇ ਨੇੜੇ ਜਾ ਰਿਹਾ ਹੁੰਦਾ ਨਾ ਉਹਦੇ ਚੱਡੇ ਨੂੰ ਹੱਥ ਲਾ ਕੇ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਤਾਂ ਕਿ ਉਹ ਨਰਮ ਹੈ ਜੇ ਉਹ ਚੱਡਾ ਨਰਮ ਹੈ ਤਾਂ ਕੋਈ ਵਰੀ ਕਰਨ ਦੀ ਲੋੜ ਨਹੀਂ ਹੈ ਨਹੀਂ ਤਾਂ ਦੂਸਰਾ ਆਪਾਂ ਨੂੰ ਜੇ ਥੋੜਾ ਸਖਤ ਲੱਗਦਾ ਉਹ ਥਣ ਜਾਂ ਚੱਡਾ ਉਹ ਜੇ ਧਾਰ ਮਾਰ ਕੇ ਦੇਖ ਲੈਣੀ ਚਾਹੀਦੀ ਹੈ ਜੇ ਤਾਂ ਉਹਦਾ ਜੋ ਚੀਪਾ ਨਿਕਲ ਰਿਹਾ ਤੇ ਇਹਦਾ ਮਤਲਬ ਠੀਕ ਆ ਹੋ ਜੇ ਚੀਪਾ ਨਹੀਂ ਆ ਉਹਦੇ ਚ ਪਾਣੀ ਬਣ ਗਿਆ ਤਾਂ ਆਪਾਂ ਨੂੰ ਉਸੇ ਟਾਈਮ ਹੀ ਸੂਣ ਤੋਂ ਪਹਿਲਾਂ ਹੀ ਉਹ ਥਣ ਖਾਲੀ ਕਰ ਦੇਣਾ ਚਾਹੀਦਾ ਹੈ ਖਾਲੀ ਕਰਕੇ ਉਹਦਾ ਟ੍ਰੀਟਮੈਂਟ ਕਰ ਦੇਣਾ ਚਾਹੀਦਾ ਉਹਦੇ ਵਿੱਚ ਥਣ ਦੇ ਵਿੱਚ ਟਿਊਬ ਭਰ ਦੇਣੀ ਚਾਹੀਦੀ ਹੈ ਇਨਫੈਕਸ਼ਨ ਤੋਂ ਜਾਂ ਉਹਦੇ ਟੀਕੇ ਲਗਵਾ ਦੇਣੇ ਚਾਹੀਦੇ ਆ ਜੇ ਆਪਾਂ ਇਸ ਚੱਡੇ ਨੂੰ ਦੇਖਦੇ ਰਹੇ ਵੀ ਇਹ ਸੂਣ ਤੋਂ ਬਾਅਦ ਚ ਹੱਲ ਕਰਾਂਗੇ ਤਾਂ ਇਹ ਗਰੰਟੀ ਆ ਵੀ ਉਹ ਸੂਣ ਤੋਂ ਬਾਅਦ ਥਣ ਕਦੇ ਚੱਲਦਾ ਨਹੀਂ ਹੈ ਚੱਲਦਾ ਨਹੀਂ ਸੋ ਬੜੀ ਧਿਆਨ ਰੱਖਣ ਵਾਲੀ ਗੱਲ ਹੈ ਇਹ ਜਦੋਂ ਪਸ਼ੂ ਸੂਣ ਵਾਲਾ ਹੈ ਉਹਦੇ ਚੱਡੇ ਨੂੰ ਜ਼ਰੂਰ ਟੋ ਕੇ ਦੇਖ ਲੈਣਾ ਚਾਹੀਦਾ ਦੂਸਰਾ ਇੱਕ ਬੜੀ ਅਸੀਂ ਕਾਮਨ ਦੇਖਦੇ ਆਂ ਚ ਵੀ ਪਸ਼ੂ ਜਦੋਂ ਸੂਣ ਦੇ ਨੇੜੇ ਹੁੰਦਾ ਹੈ ਉਹਦਾ ਪਣੀ ਪਾਣੀ ਦਾ ਇੱਕ ਬੈਗ ਜਿਹਾ ਬਾਹਰ ਨੂੰ ਆਉਂਦਾ ਹੈ ਉਦੋਂ ਘੰਟੇ ਡੇਢ ਘੰਟੇ ਬਾਅਦ ਬੱਚਾ ਬਾਹਰ ਆ ਜਾਂਦਾ ਜੀ ਜੀ ਕਈ ਪਸ਼ੂ ਕੀ ਹੁੰਦੇ ਨੇ ਉਹ ਜ਼ੋਰ ਮਰੀ ਜਾਂਦੇ ਨੇ 2 ਘੰਟੇ ਲੰਘ ਗਏ 4 ਘੰਟੇ ਲੰਘ ਗਏ ਬੱਚਾ ਬਾਹਰ ਨਹੀਂ ਆਉਂਦਾ ਤੇ ਪਾਣੀ ਵੀ ਨਹੀਂ ਬਾਹਰ ਆਉਂਦਾ ਉਹ ਜੀ ਉਹਦੇ ਵਿੱਚ ਬੜੇ ਖਾਸ ਧਿਆਨ ਰੱਖਣ ਵਾਲੀ ਗੱਲ ਆ ਵੀ ਬੱਚੇਦਾਨੀ ਘੁੰਮ ਜਾਂਦੀ ਆ ਉਹਦੇ ਵਿੱਚ ਘੁੰਮ ਜਾਂਦੀ ਜਦੋਂ ਬੱਚੇਦਾਨੀ ਘੁੰਮ ਗਈ ਤਾਂ ਉਹਦੇ ਵਿੱਚ ਜਿਹੜਾ ਪਾਣੀ ਵਾਲਾ ਬੈਗ ਬਾਹਰ ਆਉਂਦਾ ਉਹ ਵੀ ਨਹੀਂ ਆਊਗਾ ਤੇ ਬੱਚੇ ਨੇ ਤਾਂ ਬਾਅਦ ਚ ਆਉਣੇ ਕੀ ਆ ਇਸ ਕਰਕੇ ਇਦਾਂ ਦੇ ਕੇਸਾਂ ਨੂੰ ਆਪਾਂ ਨੂੰ ਇਮੀਡੀਏਟਲੀ ਇੱਕ ਐਮਰਜੈਂਸੀ ਦੇ ਤੌਰ ਤੇ ਦੇਖਦੇ ਹੋਏ ਡਾਕਟਰ ਨੂੰ ਬੁਲਾ ਕੇ ਜਿੰਨਾ ਚਿਰ ਉਹਦੀ ਬੱਚੇਦਾਨੀ ਨੂੰ ਆਪਾਂ ਪਲਟੇ ਦੇ ਕੇ ਪਸ਼ੂ ਨੂੰ ਬੱਚੇਦਾਨੀ ਸਹੀ ਨਹੀਂ ਕਰਦੇ ਤਾਂ ਉਹ ਬੱਚਾ ਬਾਹਰ ਨਹੀਂ ਆ ਸਕਦਾ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਜਿਹੜੇ ਪਸ਼ੂ ਖਾਸ ਕਰਕੇ ਪਿੱਠ ਦਿਖਾਲਦੇ ਨੇ ਜੀ ਸੂਣ ਤੋਂ ਪਹਿਲਾਂ ਪਿੱਠ ਦਿਖਾਲਦੇ ਨੇ ਜੀ ਉਹ ਪਸ਼ੂਆਂ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਜਿਹੜੇ ਦਿਨ ਪਸ਼ੂ ਸੂਂਦਾ ਹੈ ਜੀ ਜਾਂ ਉਹ ਤੋਂ ਅਗਲਾ ਦਿਨ ਜੀ ਜੋ ਜਿਹੜੇ ਦਿਨ ਸੋਣਾ ਜਾਂ ਅਗਲਾ ਦਿਨ ਸਹੀ ਨਿਕਲ ਗਿਆ ਫਿਰ ਉਹ ਪਸ਼ੂ ਪਿੱਠ ਨਹੀਂ ਦਿਖਾਲਦਾ ਜੀ ਕਹਿਣ ਦਾ ਭਾਵ ਜੇ ਇਦਾਂ ਦੇ ਪਸ਼ੂ ਨੂੰ ਆਪਾਂ ਜਦੋਂ ਸੂਪਿੰਦਾ ਉਹ ਸੂਣ ਤੋਂ ਬਾਅਦ ਉਹਨੂੰ ਥੋੜਾ ਜਿਹਾ ਹੋਰ ਵੇਟ ਰੱਖੋ ਉਹਦੀ ਜੇਰ ਪੈਣੀ ਹੁੰਦੀ ਹੈ ਜੇਰ ਜਿਹੜੀ ਨਾਰਮਲ ਹੁੰਦੀ ਆ ਸਰ ਜੀ ਇਹ ਪੰਜ ਤੋਂ 6 ਘੰਟਿਆਂ ਦੇ ਵਿੱਚ ਪੈ ਜਾਣੀ ਚਾਹੀਦੀ ਹੈ ਜੀ ਜੇ ਪਸ਼ੂ ਦੀ ਜ਼ੇਰ ਗਰਮੀਆਂ ਦੇ ਵਿੱਚ 5-6 ਘੰਟੇ ਤੋਂ ਜ਼ਿਆਦਾ ਟਾਈਮ ਲੈ ਰਹੀ ਹੈ ਤਾਂ ਆਪਾਂ ਨੂੰ ਡਾਕਟਰ ਨੂੰ ਬੁਲਾ ਕੇ ਉਹਨੂੰ ਕਢਵਾ ਦੇਣਾ ਚਾਹੀਦਾ ਹੈ ਜੀ ਸਿਆਲਾਂ ਦੇ ਵਿੱਚ 8-9 ਘੰਟੇ ਤੱਕ ਵੇਟ ਕਰ ਸਕਦੇ ਆ ਕਿਉਂਕਿ ਜ਼ੇਰ ਇੱਕਦਾਂ ਦੀ ਚੀਜ਼ ਹੈ ਜੇ ਜ਼ਿਆਦਾ ਟਾਈਮ ਪਸ਼ੂ ਦੇ ਅੰਦਰ ਰਹੇਗੀ ਇਹਨੇ ਉਸ ਨੂੰ ਦੁੱਧ ਨਹੀਂ ਪੈਦਾ ਚੱਲਣ ਦੇਣਾ ਜੀ ਦੁੱਧ ਨਹੀਂ ਚੱਲਣਾ ਪਸ਼ੂ ਦਾ ਪਸ਼ੂ ਬਿਮਾਰ ਰਹੂਗਾ ਉਹ ਤੇ ਜਿਹੜਾ ਔਨ ਵਾਲਾ ਸੂਆ ਪਸ਼ੂ ਦਾ ਉਹ ਵੀ ਲੰਬਾ ਹੋ ਜਾਂਦਾ ਤੇ ਉਹ ਟਾਈਮ ਤੇ ਨਹੀਂ ਸੁੰਦਾ ਤੇ ਪਸ਼ੂ ਪਾਲਕ ਲਈ ਉਹ ਘਾਟੇ ਦਾ ਸੌਦਾ ਬਣ ਜਾਂਦਾ ਬਹੁਤ ਹੀ ਵਧੀਆ ਜਾਣਕਾਰੀ ਹੈ ਔਰ ਮੈਨੂੰ ਮੈਂ ਆਸ ਵੀ ਕਰਦਾ ਕਿ ਇਸ ਤੁਹਾਡੀ ਜਾਣਕਾਰੀ ਤੋਂ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਜ਼ਿਆਦਾ ਫਾਇਦਾ ਵੀ ਹੋਏਗਾ ਔਰ ਉਹ ਆਪਣੇ ਪਸ਼ੂਆਂ ਦੀ ਚੰਗੀ ਸਾਂਭ ਸੰਭਾਲ ਕਰਨਗੇ ਤੇ ਵਧੇਰੇ ਦੁੱਧ ਲਈ ਜਿਹੜੇ ਤੁਸੀਂ ਨੁਕਤੇ ਦੱਸੇ ਆ ਉਹ ਵਧੇਰੇ ਦੁੱਧ ਲੈਣਗੇ ਤੇ ਆਪਣਾ ਮੁਨਾਫਾ ਜਿਹੜਾ ਉਹ ਵੀ ਚੰਗਾ ਲੈਣਗੇ ਡਾਕਟਰ ਬਲਵੀਰ ਸਿੰਘ ਜੀ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ